ਇਹ ਝੂਠਾ ਕਾਨੂੰਨ ਤੋਂ ਉੱਤੇ ਕਿ ਜਾ ਕੇ ਜਿਹਦੇ ਮਰਜ਼ੀ ਗੱਲ ਦੇ ਵਿੱਚ ਹੱਥ ਪਾ ਲਵੇ ਔਰ ਜਿਹਨੂੰ ਮਰਜ਼ੀ ਕੱਢ ਕੇ ਬੇਇੱਜ਼ਤੀ ਕਰ ਦੇਵੇ। ਇਹ ਥੋੜ੍ਹਾ ਕੋਈ ਚਾਰ ਬੰਦੇ ਇਕੱਠੇ ਹੋ ਕੇ ਤੇ ਮਾਰਕੀਟ ਜਾ ਕੇ ਲੋਕਾਂ ਦੀ ਬਦਤਮੀਜ਼ੀ ਕਰਨ, ਲੋਕਾਂ ਦੇ ਭੈਣ ਭਰਾਵਾਂ ਹੋਣ, ਤੁਸੀਂ ਦੇਖੋ ਉਸ ਬੰਦੇ ਦਾ ਕੀ ਸਟੇਟਸ ਹੋਏਗਾ, ਉਹ ਆਪਣੀ ਫੈਮਿਲੀ ਨੂੰ ਕੀ ਮੂੰਹ ਦਿਖਾਏਗਾ ਜਿਹਨੂੰ ਦੁਕਾਨ ਚੋਂ ਕੱਢ ਕੇ ਮੂੰਹ ਕਾਲਾ ਕਰਕੇ ਗਲ ਦੇ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਸਾਰੇ ਸ਼ਹਿਰ 'ਚ ਘੁਮਾਤਾ। ਪਰਮਿੰਦਰ ਝੋਟਾ ਹੀ ਹੈ ਨੋ ਅਥਾਰਟੀ, ਇਹਦੇ 'ਚ ਇਸ ਤਰ੍ਹਾਂ ਆਇਆ ਜੀ ਕਿ ਉਹ ਪੰਜ ਸੱਤ ਬੰਦੇ ਲੈ ਕੇ ਕਿਸੇ ਕੈਮਿਸਟ ਦੀ ਸ਼ੋਪ 'ਤੇ ਗਿਆ, ਉੱਥੇ ਜਾ ਕੇ ਉਹਨੇ ਜਿਹੜਾ ਉਹ ਬੰਦਾ ਆ ਉਹਨੂੰ ਬਾਹਰ ਕੱਢ ਕੇ ਉਹਦਾ ਮੂੰਹ ਕਾਲਾ ਕੀਤਾ, ਉਹਦੇ ਜੁੱਤੀਆਂ ਦਾ ਹਾਰ ਪਾਇਆ ਔਰ ਉਹਨੂੰ ਬਾਜ਼ਾਰ ਦੇ ਵਿੱਚ ਘੁਮਾਇਆ। ਜਦੋਂ ਕਿ ਜਦੋਂ ਪੁਲਿਸ ਨੇ ਉਹਨੂੰ ਐਗਜ਼ਾਮਿਨ ਕੀਤਾ ਤਾਂ ਉਹਦੇ ਕੋਲ ਕੋਈ ਡਰੱਗ ਮਿਲੀ ਨਹੀਂ, ਇੱਕ ਸਿਗਨੇਚਰ ਕੈਪਸੂਲ ਹੁੰਦੇ ਆ ਉਹ ਵੇਚ ਰਿਹਾ ਸੀ ਵਿਚ ਵਾਟ ਨੋਟ ਅਲਾਊਡ ਅੰਡਰ ਸੈਕਸ਼ਨ 188 ਨੋਟੀਫਾਈਡ ਬਾਈ ਦਾ DC। ਉਹਦੇ 'ਚ ਅਸੀਂ ਉਹ ਜਿਹੜਾ ਸੀਗਾ ਦੁਕਾਨਦਾਰ ਉਹਨੂੰ ਬੁੱਕ ਕਰ ਦਿੱਤਾ ਔਰ ਜਿਹੜੀਆਂ ਸੈਕਸ਼ਨ ਇਹਦੇ 'ਤੇ ਲੱਗਦੀਆਂ ਸੀ ਉਹਦੇ 'ਤੇ ਲਗਾ ਦਿੱਤੀਆਂ, ਕਿਉਂਕਿ ਕਿਸੇ ਦੇ ਹਿਊਮਨ ਰਾਈਟ ਨੂੰ ਇਨਫਰਿੰਜ ਨਹੀਂ ਨਾ ਕਰ ਸਕਦਾ। ਇਹ ਜਿਹੜਾ ਵੀ ਬੰਦਾ ਹੈ ਪਰਮਿੰਦਰ ਝੋਟਾ, ਹੀ ਹੈਜ਼ ਨੋ ਅਥਾਰਟੀ। ਇਹ ਕੋਈ ਆਪਣੇ ਆਪ 'ਚ ਲਾਅ ਥੋੜ੍ਹਾ ਵਾ ਕਿਸੇ ਜਗ੍ਹਾ ਜਾ ਕੇ ਕਿਸੇ ਬੰਦੇ ਨੂੰ ਬਾਹਰ ਕੱਢ ਕੇ ਕਿਸੇ ਦੇ ਫਾਦਰ ਨੂੰ, ਭੈਣ ਨੂੰ, ਭਰਾ ਨੂੰ ਅਤੇ ਬਾਹਰ ਕੱਢ ਕੇ ਮੂੰਹ ਕਾਲਾ ਕਰਕੇ ਔਰ ਜੁੱਤੀਆਂ ਦਾ ਹਾਰ ਪਾ ਕੇ ਬਾਜ਼ਾਰ ਵਿੱਚ ਉਹਨੂੰ ਘੁਮਾਉਣਾ ਸ਼ੁਰੂ ਕਰ ਦੇ। ਦਿਸ ਇਜ਼ ਨੋਟ ਲਾਅ ਐਂਡ ਆਰਡਰ। ਤੋ ਇਹਦੇ ਲਈ ਜਿਹੜੀ ਨਰਕੋਟਿਕਸ ਹੈ ਇਹਨੂੰ ਫੜਨ ਲਈ ਸਾਡੇ ਕੋਲ ਪੰਜਾਬ ਸਟੇਟ ਦੇ ਵਿੱਚ STF ਹੈ, ਨਰਕੋਟਿਕ ਕੰਟਰੋਲ ਬਿਊਰੋ ਹੈ, ਪੰਜਾਬ ਪੁਲਿਸ ਹੈ, ਸਾਡੀਆਂ ਜਿਹੜੀਆਂ ਲਾਈਨਸ ਹੈ ਉਹ 24/7 ਓਪਨ ਨੇ। 112 ਨੰਬਰ 'ਤੇ ਕਾਲ ਕਰੋ, ਲੋਕਲ SHO ਨੂੰ ਕਾਲ ਕਰੋ, DSP ਨੂੰ ਕਾਲ ਕਰੋ, SSP ਨੂੰ ਕਾਲ ਕਰੋ, ਮੈਨੂੰ ਕਾਲ ਕਰੋ, ਵੀ ਆਰ ਸਿਟਿੰਗ ਫਾਰ ਦਿਸ ਬੰਗਾਲੀ। ਤੋ ਇਹ ਜਿਹੜਾ ਕਾਨੂੰਨ ਨੂੰ ਹੱਥ 'ਚ ਲੈਣਾ ਹੈ, ਦਿਸ ਇਜ਼ ਟੋਟਲੀ ਰੋਂਗ। ਇਸ ਕਰਕੇ ਨੈਚੁਰਲੀ ਜੋ ਅਫੈਂਸ ਬਣਦਾ ਸੀਗਾ ਵਿਦਆਊਟ ਐਨੀ ਪ੍ਰੈਜੁਡਿਸ, ਅਸੀਂ ਉੱਤੇ FIR ਦਰਜ ਕੀਤੀ ਹੈ, ਅਰੈਸਟ ਕੀਤਾ ਉਸ ਬੰਦੇ ਨੂੰ। ਅਗਰ ਕਿਸੇ ਨੂੰ ਕੋਈ ਐਂਬਿਗੁਇਟੀ ਇਹਦੇ ਬਾਰੇ, ਸਾਡੇ ਨਾਲ ਗੱਲ ਕਰ ਸਕਦਾ। ਇਹ ਜਿਹੜਾ ਮੀਡੀਆ 'ਚ ਆ ਰਿਹਾ, ਦਿਸ ਇਜ਼ ਓਨਲੀ 50% ਆਫ ਦਾ ਸਟੋਰੀ। 50% ਜਿਹੜਾ ਸੱਚ ਹੈ ਉਹ ਸਾਡੇ ਕੋਲੋਂ ਪੁੱਛੋ। ਅਸੀਂ ਤੁਹਾਨੂੰ, ਮੈਂ ਹੁਣੇ ਤੁਹਾਨੂੰ ਸਪਲਾਈ ਕਰਕੇ ਹਟਿਆ ਵੀਡੀਓਗ੍ਰਾਫੀ ਜਿਹਦੇ ਵਿੱਚ ਉਹ ਕਾਨੂੰਨ ਦੀ ਉਲੰਘਣਾ ਕਰ ਰਿਹਾ ਔਰ ਜਿਸ ਤਰ੍ਹਾਂ ਉਸ ਬੰਦੇ ਨੇ ਉਹ ਜਿਹੜਾ ਹੈਗਾ ਉਹ ਦੁਕਾਨਦਾਰ ਹੈ ਉਹਦੇ ਨਾਲ ਬਦਤਮੀਜ਼ੀ ਕੀਤੀ ਆ, ਕੀ ਜਿਹੜਾ ਉਹ ਦੁਕਾਨਦਾਰ ਉਹਦੇ ਹਿਊਮਨ ਰਾਈਟਸ ਨਹੀਂ ਹੈ? ਕੀ ਇਹ ਝੂਠਾ ਕਾਨੂੰਨ ਤੋਂ ਉੱਤੇ ਕਿ ਜਾ ਕੇ ਜਿਹਦੇ ਮਰਜ਼ੀ ਗੱਲ ਦੇ ਵਿੱਚ ਹੱਥ ਪਾ ਲਵੇ ਔਰ ਜਿਹਨੂੰ ਮਰਜ਼ੀ ਕੱਢ ਕੇ ਬੇਇੱਜ਼ਤੀ ਕਰ ਦੇਵੇ? ਔਰ ਇਹਨੂੰ ਹਥਿਆਰ ਕਿਹਨੇ ਦਿੱਤਾ ਹੈਗਾ? ਅਸੀਂ ਇਸ ਤਰ੍ਹਾਂ ਦਾ ਲਾਅ ਐਂਡ ਆਰਡਰ ਥੋੜ੍ਹੇ ਚਾਹੁੰਦੇ ਹਾਂ ਪੰਜਾਬ ਦੇ ਵਿੱਚ। ਇਹ ਕੋਈ NGO ਹੈ ਜਾਂ ਕੋਈ ਹੋਰ ਵੀ ਕੋਈ ਆਰਗੇਨਾਈਜੇਸ਼ਨ ਹੈਗੀ ਆ ਜਿਹੜੀ ਰੋਕਣਾ ਚਾਹੁੰਦੀ ਹੈ ਡਰੱਗਸ ਨੂੰ? ਵੈਲਕਮ, ਅਸੀਂ ਤੁਹਾਡੇ ਨਾਲ ਖੜ੍ਹੇ ਹਾਂ, ਰਲ ਕੇ ਕੰਮ ਕਰਦੇ ਹਾਂ। ਮੈਂ ਤੁਹਾਨੂੰ ਜਿਹੜਾ ਚਾਰਟ ਦਿੱਤਾ ਇਹਦੇ ਵਿੱਚ ਆ ਦੇਖੋ ਜਿਹੜਾ ਆ, ਦਿਸ ਇਜ਼ ਦਾ ਰਿਕਵਰੀ ਆਫ ਦਾ ਡਰੱਗਸ ਬਾਈ ਦਾ ਬਠਿੰਡਾ ਰੇਂਜ ਕੱਲ੍ਹ ਤੱਕ ਜਿਹੜੀ ਅਸੀਂ ਕੀਤੀ ਹੈ 1 January ਤੋਂ ਲੈ ਕੇ। ਕੀ ਇਹ ਰਿਕਵਰੀਆਂ ਪੰਜਾਬ ਪੁਲਿਸ ਨੇ ਨਹੀਂ ਕੀਤੀਆਂ ਜਾਂ ਝੋਟੇ ਨੇ ਕੀਤੀਆਂ ਨੇ? ਸੋ ਇਸ ਕਰਕੇ ਇਹ ਕਹਿਣਾ ਕਿ ਪੰਜਾਬ ਪੁਲਿਸ ਜਿਹੜੀ ਆ ਉਹ ਡਰੱਗਸ ਨਹੀਂ ਫੜ ਰਹੀ, ਤੇ ਹੋਰ ਕੌਣ ਫੜ ਰਿਹਾ ਜੇ ਪੰਜਾਬ ਪੁਲਿਸ ਨਹੀਂ ਫੜ ਰਹੀ? ਤੇ ਜਿਹਨੇ ਸਾਡੀ ਰਹੀ ਹੈ ਇਹਦੀ ਕਹਿੰਦੇ ਬੈਕਗ੍ਰਾਉਂਡ 'ਚ FIR ਕਾਫੀ ਨੇ ਦੇ ਖਿਲਾਫ। ਬੈਕਗ੍ਰਾਉਂਡ ਦੇਖੋ ਜੀ, ਇਹਦੇ ਕੋਲ ਇਸ ਵੇਲੇ ਇਹਦੇ ਅਗੇਂਸਟ 7 FIR ਹੈ 2009 ਤੋਂ ਲੈ ਕੇ ਹੁਣ ਤੱਕ। ਹੀ ਇਜ਼ ਅ ਕ੍ਰਿਮੀਨਲ ਕਰੈਕਟਰ। ਇਹ ਸਾਰੀ ਡਿਟੇਲ ਮੈਂ ਤੁਹਾਨੂੰ ਸਪਲਾਈ ਕਰ ਚੁੱਕਾ ਔਰ ਮੈਂ ਤੁਹਾਨੂੰ ਵੀਡੀਓਗ੍ਰਾਫੀ ਸਪਲਾਈ ਕਰ ਚੁੱਕਾ। ਜਦੋਂ ਵੀ ਕੋਈ ਵਰਸ਼ਨ ਲੈਣਾ ਹੋਵੇ ਸਾਡਾ ਵਰਸ਼ਨ ਨਾਲ ਕੋਟ ਕਰੋ ਔਰ ਨਾਲ ਉਹਦੇ ਵੀਡੀਓਗ੍ਰਾਫੀ ਵੀ ਦਿਖਾਓ ਕੀ ਹੈ, ਨਾਲ ਚਾਰਟ ਵੀ ਦਿਖਾਓ ਇਹਦੇ ਕੀ ਐਕਟੀਵਿਟੀਜ਼ ਹੈਗੀਆਂ ਇਸ ਬੰਦੇ ਦੀਆਂ ਔਰ ਨਾਲ ਸਾਡੀ ਰਿਕਵਰੀ ਵੀ ਦਿਖਾਓਗੇ, ਅਸੀਂ ਰਿਕਵਰੀ ਕਿੰਨੀ ਕੀਤੀ ਆ 1 January ਤੋਂ ਲੈ ਕੇ ਹੁਣ ਤੱਕ ਦੀ, ਤਾਂ ਕਿ ਜਿੰਨੇ ਵੀ ਲੋਕ ਹੈ ਉਹਨਾਂ ਸਾਰਿਆਂ ਨੂੰ ਪਤਾ ਲੱਗੇ ਕੌਣ ਗਲਤ ਹੈ ਕੌਣ ਸਹੀ ਹੈ, ਉਹ ਆਪਣਾ ਬੈਲੈਂਸ ਓਪੀਨੀਅਨ ਫਾਰਮ ਕਰ ਸਕਣ, ਕਮਿਊਨਿਟੀ ਨੂੰ ਪਤਾ ਲੱਗ ਸਕੇ ਕਿ ਇਹੋ ਜਿਹੇ ਬੰਦਿਆਂ ਨੂੰ ਅਸੀਂ ਡਿਸਕਰੇਜ ਕਰਨਾ ਆ, ਅਸੀਂ ਕਾਨੂੰਨ ਦਾ ਸਾਥ ਦੇਣਾ ਆ, ਅਸੀਂ ਇੱਕ ਚੰਗਾ ਵਧੀਆ ਕਾਨੂੰਨ ਵਾਲਾ ਪੰਜਾਬ ਚਾਹੁੰਦੇ ਹਾਂ, ਨਾ ਕਿ ਇੱਥੇ ਜਿਹੜਾ ਮਰਜ਼ੀ ਉੱਠ ਕੇ ਕਿਸੇ ਦੇ ਵੀ ਗੱਲ 'ਚ ਹੱਥ ਪਾ ਲਿਓ, ਕਿਸੇ ਗੱਲ ਦੇ ਵਿੱਚ ਜਾ ਕੇ ਜੁੱਤੀਆਂ ਦਾ ਹਾਰ ਪਾ ਦਿਓ। ਪਰ ਸਰ ਉਹ ਕਲੇਮ ਕਰ ਰਹੇ ਆ ਆਪਣੀ ਵੀਡੀਓ ਦੇ ਵਿੱਚ ਕਿ ਅਸੀਂ ਬਾਰ ਬਾਰ ਕੁਛ ਨੂੰ ਇੰਟੀਮੇਸ਼ਨ ਦਿੱਤੀ ਹੈ ਕਿ ਇੱਥੇ ਡਰੱਗ ਵਿਕਦਾ, ਨਸ਼ਾ ਵਿਕਦਾ, ਚਿੱਟੇ ਦੀ ਗੱਲ ਬਾਰ ਬਾਰ ਕਰਦਾ ਉਹ ਔਰ ਮੈਡੀਕਲ ਨਸ਼ਿਆਂ ਦੀ ਗੱਲਬਾਤ ਕਰਦਾ, ਕਹਿੰਦਾ ਸੁਣਵਾਈ ਨਹੀਂ ਹੋ ਰਹੀ ਤਾਂ ਕਰਕੇ ਮੈਨੂੰ ਕੁਝ ਜਾਣਾ ਪਿਆ। ਜੇਕਰ ਸੁਣਵਾਈ ਨਹੀਂ ਹੋ ਰਹੀ ਤਾਂ ਆਹ ਰਿਕਵਰੀ ਕਿੱਥੋਂ ਹੋ ਗਈ? ਤੁਹਾਡੇ ਸਾਹਮਣੇ ਮੈਂ ਫਿਗਰ ਦੇ ਰਿਹਾ ਤੁਹਾਨੂੰ ਔਰ FIR ਕਿੰਨੀਆਂ ਨੇ, ਬੰਦੇ ਕਿੰਨੇ ਅਰੈਸਟ ਕੀਤੇ ਆ ਪੰਜਾਬ ਦਾ, ਤੁਸੀਂ ਸਿਰਫ ਡਾਟਾ ਇੱਕ ਵਾਰ ਐਨਾਲਾਈਜ਼ ਕਰਕੇ ਦੇਖ ਲਓ, ਇਹ ਪੰਜਾਬ ਪੁਲਿਸ ਨੇ ਰਿਕਵਰ ਕੀਤਾ, STF ਨੇ ਰਿਕਵਰ ਕੀਤਾ ਜਾਂ ਕਿਸੇ ਹੋਰ ਏਜੰਸੀ ਨੇ ਰਿਕਵਰ ਕੀਤਾ? ਤਾਂ ਫੈਕਟ ਬੋਲਦੇ ਨੇ ਕਿ ਵੀ ਆਰ ਵੈਰੀ ਸੀਰੀਅਸ ਹੁੰਦਾ ਡਰੱਗ। ਅੱਛਾ, ਹੋਰ ਅੱਗੇ ਦੇਖੋ ਤੁਸੀਂ, ਪੰਜਾਬ ਪੁਲਿਸ ਦੇ ਵਿੱਚੋਂ ਹੀ ਕਿੱਡੇ ਕਿੱਡੇ ਸੀਨੀਅਰ ਅਫਸਰ ਡਿਸਮਿਸ ਕਰਦੇ ਸਰਕਾਰ ਨੂੰ, ਜਿਨ੍ਹਾਂ 'ਤੇ ਥੋੜ੍ਹਾ ਜਿਹਾ ਵੀ ਸ਼ੱਕ ਸੀਗਾ ਕਿ ਡਰੱਗ ਨਾਲ ਡੀਲ ਕਰਦੇ ਜਾਂ ਨਹੀਂ, ਤੁਸੀਂ ਇਹ ਵੀ ਫਿਕਰ ਲੈ ਸਕਦੇ ਹੋ, ਇਹਦੇ 'ਚ ਕੋਈ ਪ੍ਰੋਬਲਮ ਨਹੀਂ ਹੈਗੀ। ਸੋ ਵੀ ਆਰ ਵੈਰੀ ਸੀਰੀਅਸ ਐਂਡ ਗਵਰਨਮੈਂਟ ਇਜ਼ ਆਲਸੋ ਵੈਰੀ ਸੀਰੀਅਸ ਹੁੰਦਾ ਡਰੱਗ ਇਸ਼ੂ। ਪਰ ਇਸ ਤਰ੍ਹਾਂ ਇਹ ਥੋੜ੍ਹਾ ਕੋਈ ਚਾਰ ਬੰਦੇ ਇਕੱਠੇ ਹੋ ਕੇ ਤੇ ਮਾਰਕੀਟ 'ਚ ਜਾ ਕੇ ਲੋਕਾਂ ਦੀ ਬਦਤਮੀਜ਼ੀ ਕਰਨ, ਲੋਕਾਂ ਦੇ ਭੈਣ ਭਰਾਵਾਂ ਹੋਣ, ਤੁਸੀਂ ਦੇਖੋ ਉਸ ਬੰਦੇ ਦਾ ਕੀ ਸਟੇਟਸ ਹੋਏਗਾ, ਉਹ ਆਪਣੀ ਫੈਮਿਲੀ ਨੂੰ ਕੀ ਮੂੰਹ ਦਿਖਾਏਗਾ ਜਿਹਨੂੰ ਦੁਕਾਨ 'ਚੋਂ ਕੱਢ ਕੇ ਮੂੰਹ ਕਾਲਾ ਕਰਕੇ ਗਲ ਦੇ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਸਾਰੇ ਸ਼ਹਿਰ 'ਚ ਘੁਮਾਤਾ? ਇਹੋ ਜਿਹੀ ਚੀਜ਼ ਅਗਰ ਪਰਮਿੰਦਰ ਝੋਟੇ ਦੇ ਫਾਦਰ ਨਾਲ ਹੋਈ ਹੋਵੇ ਜਾਂ ਬ੍ਰਦਰ ਨਾਲ ਹੋਈ ਹੋਵੇ, ਇਹ ਚੰਗੀ ਗੱਲ ਹੋਏਗੀ ਕਿ ਆਪਾਂ ਇਸ ਚੀਜ਼ ਨੂੰ ਐਪਰੀਸ਼ੀਏਟ ਕਰਾਂਗੇ?
ਪਰ ਸਰ ਇਹ ਨੌਕਰੀ ਕਿਉਂ ਆਈ? ਕਿਉਂਕਿ ਦੇਖੋ ਕਿੰਨੀ ਦੇਰ ਤੋਂ ਉਹ ਉੱਥੇ ਕੰਮ ਕਰ ਰਿਹਾ ਜੀ ਇਸ ਚੀਜ਼ ਨੂੰ ਲੈ ਕੇ, ਪਰ ਉਹਦੇ 'ਤੇ ਜਿਹੜੀਆਂ ਐਫ ਆਈ ਆਰਾਂ ਵੀ ਦਰਜ ਹੋਈਆਂ ਸੀ ਕਹਿੰਦੇ, ਲੇਕਿਨ ਉਹ ਫਿਰ ਵੀ ਇੰਨੇ ਲੰਬੇ ਸਮੇਂ ਤੋਂ ਜਿਹੜਾ ਉਸ ਏਰੀਏ ਦੇ ਵਿੱਚ ਕੰਮ ਕਰੀ ਜਾਂਦਾ, ਲੇਕਿਨ ਉਸ ਤੋਂ ਬਾਅਦ ਇੱਕ ਡਰ ਜਿਹੜਾ ਸਹਿਮ ਹੈ ਉਹ ਲੋਕਾਂ ਦੇ ਵਿੱਚ ਜ਼ਰੂਰ ਹੋਇਆ ਸੀਗਾ ਕਿ ਨਸ਼ੇ ਵਾਲੇ ਜਿਹੜੇ ਨੇ ਨਸ਼ਾ ਵੇਚਣੋਂ ਹਟ ਗਏ, ਕਿਤੇ ਨਾ ਕਿਤੇ ਬਹੁਤ ਵੱਡਾ ਫਰਕ ਪਿਆ ਸੀਗਾ। ਲੇਕਿਨ ਹੋ ਸਕਦਾ ਕਿ ਪੁਲਿਸ ਆਪਦੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੰਮ ਕਰਦੀ ਸੀਗੀ, ਇਸ ਕਰਕੇ ਟਾਈਮ ਨਹੀਂ। ਹੀ ਹੈਜ਼ ਨੋ ਬਿਜ਼ਨਸ, ਐਕਚੁਅਲੀ ਹੀ ਹੈਜ਼ ਨੋ ਬਿਜ਼ਨਸ। ਇਹ ਸਿੱਧਾ ਜਾ ਕੇ ਇੰਟਰੈਕਟ ਹੀ ਨਹੀਂ ਕਰ ਸਕਦਾ, ਇਹਦਾ ਕਿਦਾਂ ਹਥਿਆਰ ਦੇ ਦੀ ਕਿਸੇ ਆਦਮੀ ਨੂੰ ਜਾ ਕੇ ਜਿਹਨੂੰ ਮਰਜ਼ੀ ਫੜ ਲਓ, ਜਿਹਦੀ ਮਰਜ਼ੀ ਤੁਹਾਨੂੰ ਫੜ ਲਓ, ਪੁਲਿਸ ਨੂੰ ਇਨਫੋਰਮ ਕਰੋ, ਪੁਲਿਸ ਨੂੰ ਨਾਲ ਲਓ। ਹਾਲੇ ਵੀ ਵੀ ਆਰ ਓਪਨ ਟੂ ਦਿਸ, ਜਿੱਥੇ ਵੀ ਕਿਤੇ ਇਨਫੋਰਮੇਸ਼ਨ ਮਿਲਦੀ ਹੈ ਉਹ ਸਾਡੇ ਚੈਨਲ ਨਾਲ ਸਾਨੂੰ ਦੱਸੋ, ਐਸਟੀਐਫ ਨੂੰ ਦੱਸੋ, ਐਨਸੀਬੀ ਨੂੰ ਦੱਸੋ, ਕਮਿਊਨਿਟੀ ਨਾਲ ਅਸੀਂ ਰਲ ਕੇ ਕੰਮ ਕਰਦੇ ਹਾਂ। ਕੋਈ ਸਾਡਾ ਇਕੱਲੇ ਦੀ ਪ੍ਰੋਬਲਮ ਨਹੀਂ ਹੈ, ਸਾਡੀ ਕੋਈ ਪੰਜਾਬ ਪੁਲਿਸ ਦੀ ਪ੍ਰੋਬਲਮ ਨਹੀਂ, ਸਾਰੇ ਪੰਜਾਬ ਦੀ ਪ੍ਰੋਬਲਮ ਹੈ। ਆਪਾਂ ਸਾਰੇ ਰਲ ਕੇ ਕੰਮ ਕਰੀਏ, ਔਰ ਵੀ ਆਰ ਫਰੀ ਟੂ ਟੇਕ ਐਨੀ ਇਨਫੋਰਮੇਸ਼ਨ ਫਰੋਮ ਐਨੀ ਬੜੀ, ਕੋਪਰੇਸ਼ਨ ਕਿਸੇ ਨੇ ਵੀ ਕਰਨੀ ਹੈ ਵੈਲਕਮ। ਪਰ ਇੱਦਾਂ ਥੋੜ੍ਹਾ ਤੁਸੀਂ ਇਕੱਲੇ ਜਾ ਕੇ ਇਹ ਇਹੋ ਜਿਹਾ ਕੰਮ ਕਰ ਸਕਦੇ, ਦਿਸ ਕੈਨ ਨਾਟ ਬੀ ਅਲਾਊਡ। ਪਰ ਸਰ ਲੋਕ ਵਾਰ ਵਾਰ ਪੁਲਿਸ ਨੂੰ ਕਟਹਿਰੇ 'ਚ ਖੜਾ ਕਰ ਰਹੇ ਹੈ, ਸੋਸ਼ਲ ਮੀਡੀਆ 'ਤੇ ਮੈਂ ਕਮੈਂਟ ਪੜ੍ਹ ਰਿਹਾ ਸੀਗਾ, ਉਹ ਕਹਿ ਰਹੇ ਕਿ ਪੁਲਿਸ ਦੇ ਐਸਐਚਜੀ ਦੇ ਕਦੇ ਸਵਾਲ ਖੜੇ ਕਰਦੇ ਨੇ, ਕਦੇ ਐਸਐਸਪੀ ਸਵਾਲ ਖੜੇ ਕਰਦੇ ਨੇ ਕਿ ਪੁਲਿਸ ਆਪ ਨਾਕਾਮ ਹੈ, ਸਾਨੂੰ ਕੰਮ ਨਹੀਂ ਕਰਨ ਦਿੰਦੀ। ਇਸ ਤਰ੍ਹਾਂ ਨਹੀਂ ਹੈ, ਇਸ ਤਰ੍ਹਾਂ ਨਹੀਂ ਹੈ। ਮੈਂ ਤੁਹਾਨੂੰ ਦੱਸਦਾ, ਦੈਟ ਇਜ਼ ਏ 50% ਆਫ ਦ ਸਟੋਰੀ। ਤੁਸੀਂ ਇੱਕ ਸਾਈਡ ਸੁਣੀ, ਦੂਸਰੀ ਸਾਈਡ ਸੁਣੀ ਨਹੀਂ। ਹੁਣ ਤੁਸੀਂ ਇਹ ਜਦੋਂ ਵੀਡੀਓ ਲਾਓਗੇ ਟੀਵੀ ਦੇ ਉੱਤੇ, ਔਰ ਇਹ ਵਰਸ਼ਨ ਲਗਾਓਗੇ, ਆਹ ਰਿਕਵਰੀ ਲਗਾਓਗੇ, ਹੁਣ ਤੁਸੀਂ ਕਿੱਦਾਂ ਕਹਿ ਸਕਦੇ ਹੋ ਪੁਲਿਸ ਨਾਕਾਮ ਹੈ? ਸਾਡਾ ਡਾਟਾ ਬੋਲਦਾ, ਅਸੀਂ ਨਹੀਂ ਬੋਲਦੇ। ਪਰ ਇਸ ਤਰ੍ਹਾਂ ਆ, ਇਕੱਲਾ ਪਰਮਿੰਦਰ ਦੀਆਂ ਉਹਦੀ ਸਟੇਟਮੈਂਟ ਜਾਂ ਉਹਦੇ ਕੋਈ ਕੋਹੋਰਟਸ ਹੈਗੇ ਆ, ਉਹਦੇ ਨਾਲ ਦੇ 5-7 ਬੰਦੇ 10-15 ਗੁੰਡੇ ਹੋਣਗੇ, ਉਹ ਨਾਲ ਤੁਰੇ ਫਿਰਦੇ ਹੋਣਗੇ, ਉਹਨਾਂ ਦੀਆਂ ਸਟੇਟਮੈਂਟਾਂ ਮੀਡੀਆ ਦੇ ਵਿੱਚ ਲਾਈ ਜਾਓਗੇ, ਉਹ ਨੈਚੁਰਲੀ ਲੋਕਾਂ ਦੀ ਸਾਈਕੋਲੋਜੀ ਇਹੋ ਜਿਹਾ ਹਿੱਸਾ ਹੋ ਸਕਦੀ ਹੈ। ਇਹਨੂੰ ਬੈਲੈਂਸ ਕਰਨ ਲਈ, ਦੈਟ ਇਜ਼ ਵਾਈ ਆਈ ਐਮ ਕੋਟਿੰਗ ਆਲ ਦਿਸ, ਤਾਂ ਹੀ ਮੈਂ ਤੁਹਾਨੂੰ ਬਰੀਫ ਕਰ ਰਿਹਾ ਕਿ ਆਹ ਡਾਟਾ ਲਓ, ਆਹ ਸਾਡੀ ਕਾਰਗੁਜ਼ਾਰੀ ਲਓ, ਔਰ ਆਹ ਇਹਦਾ ਪਾਸਟ ਰਿਕਾਰਡ ਲਓ, ਅਤੇ ਇਹਨੂੰ ਕੰਪੇਅਰ ਕਰੋ। ਲੈਟ ਦਾ ਪੀਪਲ ਥਿੰਕ ਅਬਾਊਟ ਦਿਸ ਥਿੰਗ, ਕੌਣ ਸਹੀ ਹੈ ਕੌਣ ਗਲਤ ਹੈ। ਮੈਂ ਕੋਈ ਜਜਮੈਂਟ ਨਹੀਂ ਦੇ ਰਿਹਾ, ਮੈਂ ਲੋਕਾਂ 'ਤੇ ਛੱਡਦਾ ਕਿ ਤੁਸੀਂ ਇਸ ਡਾਟੇ ਨੂੰ, ਵੀਡੀਓ ਨੂੰ, ਸਾਰੀ ਨੂੰ ਐਨਾਲਾਈਜ਼ ਕਰੋ, ਔਰ ਆਪਣਾ ਓਪੀਨੀਅਨ ਫਾਰਮ ਕਰੋ ਕਿ ਪੁਲਿਸ ਸਹੀ ਹੈ ਕਿ ਪਰਵਿੰਦਰ ਝੋਟਾ ਸਹੀ ਹੈ।